ਪੰਜਾਬ ਪੁਲਿਸ ਲਗਾਤਾਰ ਮਾੜੇ ਅੰਸਰਾਂ ਅਤੇ ਨਸ਼ਾ ਤਸਕਰਾਂ ਨੂੰ ਫੜਨ ਦੇ ਵਿੱਚ ਵੱਡੀ ਵੱਡੀ ਕਾਮਯਾਬੀਆਂ ਹਾਸਲ ਕਰ ਰਹੀ ਹੈ। ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮੋਹਾਲੀ ਦੇ ਏਅਰਪੋਰਟ ਚੌਂਕ ਤੋਂ, ਜਿੱਥੇ ਕਿ ਮੋਹਾਲੀ ਪੁਲਿਸ ਨੇ ਗੁਪਤ ਸੂਚਨਾ ਆਧਾਰ ਦੇ ਉੱਤੇ ਇੱਕ ਸਪੈਸ਼ਲ ਨਾਕਾ ਲਗਾਇਆ, ਜਿੱਥੇ ਕਿ ਇੱਕ ਟਰੱਕ ਡਰਾਈਵਰ ਨੂੰ ਰੋਕਿਆ ਗਿਆ। ਦੱਸਿਆ ਜਾ ਰਿਹਾ ਕਿ ਜਦੋਂ ਟਰੱਕ ਦੀ ਤਲਾਸ਼ੀ ਲੈ ਗਈ, ਉਸਦੇ ਵਿੱਚੋਂ ਇੱਕ ਕੁਇੰਟਲ ਦੇ ਕਰੀਬ ਭੁੱਕੀ ਚੂਰਾ ਪੁਲਿਸ ਨੂੰ ਮਿਲੀ ਹੈ। ਦੱਸਿਆ ਜਾ ਰਿਹਾ ਕਿ ਇਹ ਡਰਾਈਵਰ ਰਾਜਸਥਾਨ ਤੋਂ ਲਿਆ ਕੇ ਪੰਜਾਬ ਦੇ ਨਵਾਂ ਗਰਾਉਂਡ ਨਾਲਾਗੜ੍ਹ ਬੱਦੀ ਇਲਾਕੇ ਦੇ ਵਿੱਚ ਸਪਲਾਈ ਕਰਦਾ ਸੀ, ਜਿੱਥੇ ਕਿ ਅੱਜ ਪੁਲਿਸ ਨੂੰ ਜਦੋਂ ਗੁਪਤ ਸੂਚਨਾ ਮਿਲੀ ਤਾਂ ਉਸ ਤੋਂ ਬਾਅਦ ਪੁਲਿਸ ਦੇ ਅੜਿੱਕੇ ਇਹ ਟਰੱਕ ਡਰਾਈਵਰ ਚੜ੍ਹ ਗਿਆ। ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਕਾਫੀ ਵਾਰ ਇਹ ਰਾਜਸਥਾਨ ਤੋਂ ਲਿਆ ਕੇ ਇਹਨਾਂ ਇਲਾਕਿਆਂ ਦੇ ਵਿੱਚ ਸਪਲਾਈ ਕਰਦਾ ਰਿਹਾ ਅਤੇ ਅੱਜ ਪੁਲਿਸ ਨੇ ਮਾਣਯੋਗ ਅਦਾਲਤ ਵਿੱਚ ਜਦੋਂ ਇਸ ਨੂੰ ਪੇਸ਼ ਕੀਤਾ ਤਾਂ ਮਾਣਯੋਗ ਅਦਾਲਤ ਨੇ ਪੁਲਿਸ ਨੂੰ 5 ਦਿਨ ਦਾ ਰਿਮਾਂਡ ਇਸ ਵਿਅਕਤੀ ਡਰਾਈਵਰ ਦਾ ਦਿੱਤਾ ਹੈ। ਤੁਸੀਂ ਵੀ ਸੁਣੋ ਇਹ ਪੂਰੀ ਖਬਰ। ਇਹ ਜਿਹੜਾ ਇੱਕ ਨਸ਼ਾ ਤਸਕਰ ਸੀਗਾ, ਇਹਦੇ ਬਾਰੇ ਸਾਨੂੰ ਇਤਲਾਹ ਮਿਲੀ ਸੀਗੀ ਵੀ ਇਹ ਜਿਹੜਾ ਹੈਗਾ ਰਾਜਸਥਾਨ ਸਾਈਡ ਤੋਂ ਭੁੱਕੀ ਲਿਆ ਕੇ ਨਵੇਂ ਗਰਾਉਂਡ ਦੇ ਏਰੀਏ 'ਚ ਸਪਲਾਈ ਕਰਦਾ, ਜਿਹਦਾ ਅਸੀਂ ਇਹਨੂੰ ਰਾਊਂਡ ਅਪ ਕੀਤਾ ਏਅਰਪੋਰਟ ਚੌਂਕ ਦੇ ਕੋਲੋਂ। ਅਤੇ ਜਦੋਂ ਅਸੀਂ ਗੱਡੀ ਦੀ ਸਰਚ ਕਰੀਏ ਤਾਂ ਇਹਦੇ ਕੋਲ 1 ਕੁਇੰਟਲ ਜਿਹੜੀ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ, ਜੋ ਇਹ ਦੱਸਣ ਦੇ ਮੁਤਾਬਕ ਇਹ ਰਾਜਸਥਾਨ ਮੰਗਲਵਾੜ ਤੋਂ ਲੈ ਕੇ ਆਇਆ ਸੀਗਾ। ਅਤੇ ਇਹਨੇ ਨਵੇਂ ਗਰਾਉਂਡ ਦੇ ਏਰੀਏ ਵਿੱਚ, ਨਵੇਂ ਗਰਾਉਂਡ ਦਾ ਜਿੰਨਾ ਵੀ ਏਰੀਆ ਹੈਗਾ ਲਾਗ ਪਾਸ ਦੇ ਪਿੰਡਾਂ, ਸਾਰੇ ਸਪਲਾਈ ਇਸੇ ਦੀ ਹੈਗੀ ਉੱਥੇ। ਜਿਹੜਾ ਕੰਟੇਨਰ ਦੇ ਵਿੱਚ ਹੈਗੀਆਂ ਉਹਦੇ ਵਿੱਚ ਨਾ ਕਾਗਜ਼ ਦੀਆਂ ਰੀਲਾਂ ਨੇ, ਜਿਹੜਾ ਪੇਪਰ ਛਪਦਾ ਨਾ ਆਪਣਾ, ਉਹਦੀ ਰੀਲਾਂ ਨੇ ਜਿਹੜੀਆਂ ਪੇਪਰ ਛਪਣ ਵਾਲੀਆਂ, ਉਹ ਲੋਡ ਕਰਕੇ ਲਿਆਇਆ। ਹਾਂਜੀ ਹਾਂਜੀ, ਕੱਲ੍ਹ ਕੋਰਟ 'ਚ ਪੇਸ਼ ਕੀਤਾ ਸੀਗਾ, ਇਹਦਾ 5 ਦਿਨ ਦਾ ਪੁਲਿਸ ਰਿਮਾਂਡ ਹੈ। ਨਹੀਂ, ਇਹਦੇ ਪੁੱਛਗਿੱਛ ਤੋਂ ਜਿਹੜੀ ਪ੍ਰੀਲਿਮਿਨਰੀ ਪੁੱਛਗਿੱਛ ਤੋਂ ਇਹਦੇ ਸਾਹਮਣੇ ਆਇਆ ਵੀ ਇਹ ਪਹਿਲਾਂ ਲਾ ਚੁੱਕਿਆ, ਕਈ ਚੱਕਰ ਲਾ ਚੁੱਕਿਆ ਇਹ। ਦਰਅਸਲ ਪਹਿਲਾਂ ਇਹ ਨਾਲਾਗੜ੍ਹ ਅਤੇ ਜਿਹੜਾ ਪੰਜਾਬ ਤੋਂ ਉੱਪਰਲਾ ਏਰੀਆ ਉੱਧਰ ਸਪਲਾਈ ਕਰਦਾ ਸੀ, ਫਿਰ ਇਹਨੇ ਆਪਣੇ ਪਿੰਡਾਂ 'ਚ ਜਿਹੜੇ ਜਿਹੜੇ ਬੰਦੇ ਖਾਂਦੇ ਪੀਂਦੇ ਨੇ ਸਾਰਿਆਂ ਨਾਲ ਟਾਈ ਅਪ ਕਰਕੇ ਇੱਥੇ ਵੀ ਸਪਲਾਈ ਦੇਣੀ ਸ਼ੁਰੂ ਕਰਤੀ। ਇਸ 'ਤੇ ਫਿਲਹਾਲ ਜੇ ਕੋਈ ਪਹਿਲਾ ਪਰਚਾ ਵੀ ਨਹੀਂ ਪਤਾ ਲੱਗਿਆ ਸਾਨੂੰ ਕੋਈ। ਕੰਮ ਇਹਦਾ ਕੋਈ ਨਹੀਂ, ਸਿਰਫ ਇਹ ਟਰਾਂਸਪੋਰਟ ਦਾ ਹੀ ਕੰਮ ਕਰਦਾ ਸੀਗਾ। ਪਹਿਲਾਂ ਨਾਲਾਗੜ੍ਹ ਯੂਨੀਅਨ 'ਚ ਇਹਨੇ ਗੱਡੀ ਸੀਗੀ ਪਾਈ ਹੋਈ, ਉੱਥੋਂ ਟਰੱਕ ਚਲਾਉਂਦਾ ਸੀਗਾ, ਹੁਣ ਇਹਨੇ ਯੂਨੀਅਨ 'ਚ ਕਿਤੇ ਹੈ ਨਹੀਂ ਗੱਡੀ ਇਹਦੀ, ਇਹ ਆਪਣੇ ਪਿੰਡੇ ਲਿਆਉਂਦਾ ਗੱਡੀ, ਉੱਥੇ ਖੜ੍ਹੀ ਕਰਦਾ, ਉੱਥੇ ਲੈ ਜਾਂਦਾ ਹੈ।